हेलो स्टूडेंट वेलकम टू माय चैनल लेट्स स्टार्ट नेक्स्ट टॉपिक ऑफ यूनिट 6 व्हिच इज टोटल इंटरनल रिफ्लेक्शन ऑफ लाइट दिस टॉपिक इज मोस्ट 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 इंपोर्टेंट टॉपिक ए पंजाब बोर्ड ਦੇ ਵਿੱਚ 1 मार्क्स 2 मार्क्स 3 मार्क्स इवन 5 मार्क्स ਦਾ ਕੁਸ਼ਨ ਵੀ ਪੁੱਛ ਲਿਆ ਜਾਂਦਾ ਆ ਸੋ 1 मार्क्स ਦੇ ਵਿੱਚ एमसीक्यूज ਦੀ ਫਾਰਮ ਦੇ ਵਿੱਚ ਵੀ ਪੁੱਛ ਸਕਦੀਆਂ ਸੋ ਇਸ ਟੋਪਿਕ ਨੂੰ ਧਿਆਨ ਨਾਲ ਸਮਝਣਾ ਅਗਰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਵੇ ਤਾਂ ਤੁਸੀਂ ਪੁੱਛ ਸਕਦੀਆਂ ਸਭ ਤੋਂ ਪਹਿਲਾਂ ਦੇਖੋਗੇ ਟੋਟਲ ਇੰਟਰਨਲ ਰਿਫਲੈਕਸ਼ਨ ਆਫ ਲਾਈਟ ਹੁੰਦੀ ਕੀ ਚੀਜ਼ ਆ ਦਾ ਫਿਨੋਮੈਨੋ ਆਫ ਬੈਂਡਿੰਗ ਆਫ ਲਾਈਟ ਫਰੋਮ ਵਨ ਮੀਡੀਅਮ ਟੂ another medium it means there are two mediums asi do medium lanneya ik for example toda water medium le lo aur dusra ki lena si air medium it means one medium kia toda water another medium is air produces an interference between the both medium at an angle greater than the critical angle kende oh wala angle jado critical angle to vadda wala angle ban jave us angle nu asi bol dinde ha total internal reflection ਠੀਕ ਹੈ ਹੁਣ ਤੁਹਾਡੇ ਮਾਈਂਡ ਵਿੱਚ ਆ ਰਿਹਾ ਹੋਣਾ ਕਿ ਕ੍ਰਿਟੀਕਲ ਐਂਗਲ ਕੀ ਚੀਜ਼ ਆ ਸੀ ਕਦੇ ਸੁਣਿਆ ਨਹੀਂ ਸੋ ਕ੍ਰਿਟੀਕਲ ਐਂਗਲ ਸੁਣੋ ਦ ਐਂਗਲ ਆਫ ਇਨਸੀਡੈਂਟ ਕੋਰਸਪੋਂਡਿੰਗ ਟੂ ਐਂਗਲ ਆਫ ਰਿਫ੍ਰੈਕਸ਼ਨ ਬਿਕਮ 90 ਡਿਗਰੀ ਇਜ਼ ਕਾਲਡ ਕ੍ਰਿਟੀਕਲ ਐਂਗਲ ਧਿਆਨ ਨਾਲ ਸਮਝਣਾ ਐਂਗਲ ਆਫ ਜਿਹੜਾ ਇਨਸੀਡੈਂਸ ਆ ਉਦੋਂ ਉਨੀਕ ਦਾ ਬਣ ਜਾਂਦਾ ਆ ਕਿ ਰਿਫ੍ਰੈਕਸ਼ਨ ਐਂਗਲ ਜਿਹੜਾ ਤੁਹਾਡਾ 90 ਡਿਗਰੀ ਦਾ ਹੋਵੇ ਹੁਣ ਤੁਸੀਂ ਆਹ ਕੰਡੀਸ਼ਨ ਦੇਖੋ ਆਹ ਵਾਲੀ ਠੀਕ ਹੈ सो so, आ वाला जो आई एंगल आ बोल देंगे क्रिटिकल एंगल क्योंकि रिफ्रैक रिफ्रैक्शन एंगल कि बन ना रहा नाइनटी डिग्री का ठीक है सो so, आ वाले एंगल तो जो तो वाला एंगल आई बनेगा उस एंगलों अं कि एंगल, एंगल बोला टोटल इंटरनल रिफलैक्शन ठीक है सो so, यदियाँ कंडीशनस की आ कंडीशन होएगी कि टोटल एंड इंटरनल रिफ्लेक्शन अक्र करेगा नंबर वन द रे शुड ट्रैवल फ्रॉम डेंसर टू रेयरर मीडियम कंपलसरी ही आ कि जी रे आ डेंसर तो रेरर जानी चाहिए डेंसर मतलब गाढ़ा फॉर एग्जाम्पल जोड़ा वॉटर आवा नो गाढ़ा आदा मतलब वॉटर की हो गया डेंसर मीडियम और एयर थोड़ी की होगी रेरर मीडियम रेरर मतलब जरा थोड़ा दूसरे नो पतला मीडियम हो ਠੀਕ ਹੈ ਸੰਗਣਾ ਘਟ ਹੋਵੇ ਨੈਕਸਟ ਵਨ ਇਜ਼ ਦ ਐਂਗਲ ਆਫ ਇਨਸੀਡੈਂਟ ਮਸਟ ਗ੍ਰੇਟਰ ਦਨ ਕ੍ਰਿਟੀਕਲ ਐਂਗਲ ਜਿਹੜਾ ਤੁਹਾਡਾ ਆਈ ਐਂਗਲ ਆ ਉਹ ਕ੍ਰਿਟੀਕਲ ਐਂਗਲ ਦੇ ਨਾਲੋਂ ਵੱਡਾ ਹੋਣਾ ਚਾਹੀਦਾ ਜੇ ਉਹ ਤੋਂ ਛੋਟਾ ਹੋਵੇ ਜਾਂ ਉਹਦੇ ਬਰਾਬਰ ਹੋਵੇ ਤਾਂ ਤੁਹਾਡਾ ਜਿਹੜਾ ਆ ਟੋਟਲ ਇੰਟਰਨਲ ਰਿਫਲੈਕਸ਼ਨ ਦੀ ਕੰਡੀਸ਼ਨ ਕਦੇ ਅਕਰ ਨਹੀਂ ਕਰੇਗੀ ਸੋ ਇਹ ਦੋ ਕੰਡੀਸ਼ਨਸ ਆ ਸਮ ਟਾਈਮ 1 ਮਾਰਕਸ ਦੇ ਵਿੱਚ ਆ ਜਾਂਦਾ ਰਾਈਟ ਕੰਡੀਸ਼ਨਸ ਆਫ ਟੋਟਲ ਇੰਟਰਨਲ ਰਿਫਲੈਕਸ਼ਨ ਠੀਕ ਹੈ ਸੋ ਦੀ ਡਾਇਗਰਾਮ ਬਹੁਤ ਕੇਅਰਫੁਲੀ ਬਣਾਣੀਆਂ ਠੀਕ ਹੈ ਸਭ ਤੋਂ ਪਹਿਲਾਂ ਕੀ ਕਰੋ ਇੱਕ ਸਟ੍ਰੇਟ ਲਾਈਨ ਲੈ ਲਓ ਦਨ ਸਟ੍ਰੇਟ ਲਾਈਨ ਲੈਤੀ ਸੋ ਅਸੀਂ ਕੀ ਆ ਇੱਥੇ ਮੀਡੀਅਮ ਬਣਾ ਲਿਆ ਲੈਟ ਅਸ ਸਪੋਜ਼ ਆਥੇ ਤੁਹਾਡੇ ਕੋਲ ਕੁਝ ਮੀਡੀਆਮ ਫਾਰ ਇਗਜ਼ਾਮਪਲ ਥਿਸ ਇਜ਼ ਆ ਵਾਟਰ ਠੀਕ ਹੈ ਸੋ ਇਹਦੇ ਵਿੱਚ ਕੀ ਸੀ ਪਾਣੀ ਸੀ ਲੈਟ ਅਸ ਸਪੋਜ਼ ਅਸੀਂ ਇਹਦੀ ਸਰਫੇਸ ਦੇ ਉੱਪਰ ਇੱਥੇ ਇੱਕ ਸਰਫੇਸ ਆ ਠੀਕ ਹੈ ਸਰਫੇਸ ਦੇ ਉੱਪਰ ਕੋਈ ਕੋਇਨ ਰੱਖ ਦਿੱਤਾ ਜਦੋਂ ਤੁਸੀਂ ਬਿਲਕੁਲ ਸਿੱਧਾ ਦੇਖੂਗੇ ਤਦ ਬਿਲਕੁਲ ਸਿੱਧਾ ਦੇਖੋਗੇ ਤਾਂ ਕੋਈ ਵੀ ਲਾਈਟ ਬੈਂਡ ਨਹੀਂ ਹੋਏਗੀ ਤੁਹਾਨੂੰ ਜਿਹੜਿਆ ਕੋਇਨ ਆ ਉਹ ਬਿਲਕੁਲ ਸਟ੍ਰੇਟ ਦਿਖੇਗਾ ਇਹਦਾ ਮਤਲਬ ਉਪਰੋਂ ਲਾਈਟ ਆਈ ਸੇਮ ਐਂਗਲ ਤੇ ਹੀ ਬੈਂਡ ਹੋਊਗੀ ਸੋ ਕੋਈ ਬੈਂਡ ਬੈਂਡਿੰਗ ਆਫ ਲਾਈਟ ਇਹਦੇ ਵਿੱਚ ਅਕਰ ਕੀਤੀ ਨਹੀਂ ਕਿਉਂਕਿ ਬਿਲਕੁਲ ਸਟ੍ਰੇਟ ਗਈ ਹੁਣ ਤੁਸੀਂ ਕੀ ਕਰਨਾ ਆਪਣੀ ਜਿਹੜੀ ਆਈ ਆ ਉਹਨੂੰ ਥੋੜਾ ਜਿਹਾ ਬੈਂਡ ਕਰ ਦੇਣਾ ਇਸ ਡਾਇਰੈਕਸ਼ਨ ਦੇ ਵਿੱਚ ਲੈਟ ਅਸ ਪੋਸ ਤੁਸੀਂ ਇਸ ਪੋਜੀਸ਼ਨ ਤੇ ਦੇਖ ਰਿਹਾ ਠੀਕ ਹੈ ਸੋ ਆਵਲੀ ਇੱਕ ਪੋਜੀਸ਼ਨ ਅੱਖਰ ਕਰਦੀ ਆ ਇਸ ਤਰੀਕੇ ਨਾਲ ਡਨ ਸੋ ਇਸ ਇਥੇ ਨੋਰਮਲ ਬਣਾ ਲਗਿਆ ਨੋਰਮਲ ਮਤਲਬ ਬਿਲਕੁਲ 90 ਡਿਗਰੀ ਦਾ ਐਂਗਲ ਦੇਖੋ 90 ਦਾ ਸਕੀਲ ਰੱਖ ਕੇ ਸੋ ਆ ਬਣਾਤਾ 90 ਦਾ ਡਨ ਹੁਣ ਤੁਸੀਂ ਇੱਕ ਰੂਲ ਪੜਿਆ ਹੋਏਗਾ ਜਿਹੜੀ ਇਨਸੀਡੈਂਟ ਲਾਈਟ ਆ ਅਗਰ ਡenser ਤੋਂ rarer మీడియం ਦੇ ਵਿੱਚ ਜਾਵੇ ਤਾਂ ਕੀ ਹੁੰਦਾ ਨਾਰਮਲ ਤੋਂ ਪਰ੍ਹਾਂ ਵੱਲ ਨੂੰ ਮੁੜ ਜਾਂਦੀ ਆ ਨਾਰਮਲ ਤੋਂ ਅਵੇ ਹੋ ਜਾਂਦੀ ਆ ਇਜ਼ 댓 ਕਲੀਅਰ ਅਗਰ ਰੇਰਰ ਟੂ ਡੈਂਸਰ ਜਾਂਦੀ ਆ ਰੇਰਰ ਤੋਂ ਡੈਂਸਰ ਦੇ ਵਿੱਚ ਜਾਂਦੀ ਆ ਰੇ ਆਫ ਲਾਈਟ ਤਾਂ ਜਿਹੜਾ ਨਾਰਮਲ ਦੇ ਵੱਲ ਬੈਂਡ ਹੋ ਜਾਂਦੀ ਆ ਰੇ ਆਫ ਲਾਈਟ ਠੀਕ ਹੈ ਹੁਣ ਕੀ ਆ ਡੈਂਸਰ ਤੋਂ ਕਿਉਂਕਿ ਆ ਮੀਡੀਅਮ ਕੀ ਆ ਤੁਹਾਡਾ ਡੈਂਸਰ ਮੀਡੀਅਮ ਆ ਆਹ ਵਾਲਾ ਮੀਡੀਅਮ ਕੀ ਆ ਤੁਹਾਡਾ रेरर मीडियमਾ सो रेरर मीडियम ਦੇ ਵਿੱਚ ਰੇ ਆਫ ਲਾਈਟ ਜਾ ਰਹੀ ਤਾਂ अवे फ्रॉम द नॉर्मल ਚਲੀ ਜੀਗੀ ਸੋ ਇਹਦਾ ਮਤਲਬ ਰੇ ਆਫ ਲਾਈਟ ਧਿਆਨ ਨਾਲ ਦੇਖਣਾ ਮੇਰਾ ਸਕੇਲ ਜਾਣੀ ਚਾਹੀਦੀ ਸੀ ਬਿਲਕੁਲ ਸਿੱਧੀ ਐਦਾਂ ਬਟ ਸਿੱਧੀ ਜਾਣ ਦੀ ਬਜਾਏ ਉਹ अवे फ्रॉम द नॉर्मल ਹੋ ਜਾਂਦੀ ਇਹਦਾ ਮਤਲਬ ਉਹਨੇ ਥੋੜੀ ਜੀ ਬੈਂਡ ਹੋ ਜਾਣਾ ਇਸ ਤਰੀਕੇ ਨਾਲ ਠੀਕ ਹੈ ਸੋ ਇਧਰ ਨੂੰ ਤੁਹਾਡੀ ਰੇ ਆਫ ਲਾਈਟ ਚਲੇਗੀ बच्चे स्केल यूज़ करना विदाउट स्केल डायग्राम ना बनाना सो दिस इज़ आई एंगल सो दिस इज़ आर एंगल डन हम नैक्सट केस दिता असी एंगल ऑफ इंसीडेंस होर इनक्रीज़ कर दिता ठीक है सो एंगल ऑफ इंसीडेंट्स जो असी इनक्रीज किया लैटअ सपोज असी इस पोजिशन से लैके गए अगेन नॉर्मल ड्रॉ करो इतने नॉर्मल बनेगा नाइनटी डिग्री ते ਸੋ ਰੇ ਆਫ ਲਾਈਟ ਅਗੇ ਰਬੈਂਡ ਹੋ ਜੇਗੀ ਸੋ ਜਾਣੀ ਚਾਹੀਦੀ ਸੀ ਰੇ ਆਫ ਲਾਈਟ ਇਸ ਤਰੀਕੇ ਨਾਲ ਪਰ ਇਦਾ ਜਾਣ ਦੀ ਬਜਾਏ ਥੋੜੀ ਜੀ ਬੈਂਡ ਹੋ ਜੇਗੀ ਬੱਚੇ ਬੈਂਡ ਉਹਦੇ ਨਾਲੋਂ ਜ਼ਿਆਦਾ ਹੋਏਗੀ ਕਿਉਂਕਿ ਅਸੀਂ ਐਂਗਲ ਆਫ ਇਨਸੀਡੈਂਸ ਕੀ ਹੈ ਇਨਕਰੀਜ਼ ਕੀਤਾ ਇਹਦਾ ਮਤਲਬ ਐਂਗਲ ਆਫ ਰ refracttion ਵੀ ਕੀ ਹੋ ਜਾਏਗਾ ਇਨਕਰੀਜ਼ ਹੋ ਜਾਏਗਾ ਸੋ ਥਿਸ ਇਜ਼ ਆਰ ਐਂਗਲ ਹੁਣ ਧਿਆਨ ਨਾਲ ਦੇਖੋ ਆਈ ਐਂਗਲ ਵੀ ਵੱਡਾ ਆ ਆਹ ਵਾਲੇ ਐਂਗਲ ਨਾਲੋਂ ਆਰ ਐਂਗਲ ਵੀ ਉਹਦੇ ਨਾਲੋਂ ਵੱਡਾ ਆ ਪਹਿਲੇ ਕੇਸ ਨਾਲੋਂ ਠੀਕ ਹੈ हूँ नैक्सट असी की आई एंगल होर इनक्रीज़ कर दिता सो so, आई एंगल असी होर इनक्रीज़ कर दिता सो so, इस तरीके लैट आ सपोज दिस इज़ योर आई एंगल डन अगेन नॉर्मल ड्रॉ करो नॉर्मल नाइनटी डिग्री ते ड्रॉ करूँगे इस तरीके न ठीक है अगेन रे ऑफ लाइट बैंड हो जाएगी बट बैंड कितने होएगी पूरे नाइनटी डिग्री के एंगल त ਸੋ ਇਸ ਕੇਸ ਦੇ ਵਿੱਚ ਤੁਹਾਡਾ ਆਈ ਐਂਗਲ ਇੰਨਾ ਕੁ ਵੱਡਾ ਹੋ ਗਿਆ ਕਿ ਤੁਹਾਡੀ ਜਿਹੜੀ ਆ ਰਾ ਬਿਲਕੁਲ ਸਰਫੇਸ ਦੇ ਨਾਲ ਜਾਏਗੀ ਸੋ ਇੱਥੇ ਜਾ ਕੇ ਆਰ ਤੁਹਾਡਾ ਕਿੰਨੇ ਦਾ ਬਣ ਰਿਹਾ 90 ਡਿਗਰੀ ਦਾ ਇਹਦਾ ਮਤਲਬ ਆਹ ਵਾਲਾ ਆਈ ਐਂਗਲ ਕੀ ਹੈ ਤੁਹਾਡਾ ਕ੍ਰਿਟੀਕਲ ਐਂਗਲ ਸੋ ਤੁਸੀਂ ਇੱਥੇ ਮੈਂਸ਼ਨ ਕਰਨਾ ਕ੍ਰਿਟੀਕਲ ਐਂਗਲ ਡਨ ਹੁਣ ਇਨ ਦ ਨੈਕਸਟ ਕੇਸ ਤੁਸੀਂ ਕੀ ਕਰਨਾ ਜਦੋਂ স্ਕੇਲ ਲਓਗੇ ਤੁਸੀਂ ਆਈ ਐਂਗਲ ਨੂੰ ਹੋਰ ਜ਼ਿਆਦਾ ਇਨਕਰੀਸ ਕਰਨਾ ਜਦੋਂ ਹੋਰ ਜ਼ਿਆਦਾ ਇਨਕਰੀਜ਼ ਕਰੂਗੇ ਦਨ ਇਹ ਤੇ 90 ਡਿਗਰੀ ਦਾ ਤੇ ਜਾ ਕੇ ਤੁਸੀਂ ਨੋਰਮਲ ਡਰਾ ਕਰੋ ਆ ਰਿਹਾ ਤੁਹਾਡਾ ਨੋਰਮਲ ਸੋ ਇਸ ਪੋਜੀਸ਼ਨ ਤੇ ਆ ਕੇ ਤੁਹਾਡੀ ਜਿਹੜੀ ਐਂਗਲ ਆਫ ਇਨਸੀਡੈਂਸ ਆ ਠੀਕ ਹੈ ਸੋ ਉਹ ਹੋਰ ਜ਼ਿਆਦਾ ਕੀ ਹੋ ਜਾਏਗੀ ਉਸੇ ਸੇਮ మీడియం ਦੇ ਵਿੱਚ ਬੈਂਡ ਹੋ ਜਾਏਗੀ ਸੋ ਸੇਮ ਐਂਗਲ ਦੇ ਨਾਲ ਵਿਦ ਅ ਸੇਮ ਐਂਗਲ ਜਿੰਨੇ ਦਾ ਆਈ ਹੋਏਗਾ ਉਨੇ ਦਾ ਹੀ ਆਰ ਬਣਾਉਗੇ ਸੋ this is r angle done so a kia a angle or this is r angle so is condition nu asi bolange total internal reflection tusi pura likhna shortcut nahi likhna so bache diagram carefully banana agar diagram de vich mistake ho dindi a theek hai pura itthe tak banana hai ਠੀਕ ਹੈ ਟੋਟਲ ਇੰਟਰਨਲ ਰਿਫਲੈਕਸ਼ਨ ਸੋ ਡਾਇਗਰਾਮ ਕੇਅਰਫੁਲੀ ਬਣਾਣਾ ਇਸ ਕਰਕੇ ਮੈਂ ਤੁਹਾਨੂੰ ਕੱਲਾ ਕੱਲਾ ਸਟੈਪ ਦੱਸਿਆ ਕਿ ਕਿਸ ਤਰ੍ਹਾਂ ਡਾਇਗਰਾਮ ਬਣਾਉਣਾ ਆਦਰਵਾਇਜ਼ ਬੱਚੇ ਕੀ ਕਰਦੇ ਆ ਐਂਗਲ ਆਫ ਇਨਸੀਡੈਂਸ ਤਾਂ ਉਨੰਹੀਂ ਵੱਡਾ ਰਹਿਣ ਦਿੰਦੇ ਆ ਆਈ ਤੇ ਆਰ ਇੱਥੇ ਇੱਕ ਬਣਾ ਦਿੰਦੇ ਆ ਸੋ ਆਰ ਨੂੰ ਛੋਟਾ ਕਰ ਦਿੰਦੇ ਆ ਆਰ ਛੋਟਾ ਨਹੀਂ ਹੋਣਾ ਚਾਹੀਦਾ ਆਈ ਆ ਔਰ ਆਰ ਬੋਥ ਆਰ ਸੇਮ ਐਂਗਲ ਠੀਕ ਹੈ ਸੋ ਦੋਨੋਂ ਸੇਮ ਹੋਣੇ ਚਾਹੀਦੇ ਨੈਕਸਟ ਅਸੀਂ ਕਰਨ ਲੱਗੇ ਆ ਰਿਲੇਸ਼ਨਸ਼ਿਪ ਬਿਟਵੀਨ ਰਿਫ੍ਰੈਕਟਿਵ ਇੰਡੈਕਸ ਐਂਡ ਕ੍ਰਿਟੀਕਲ ਐਂਗਲ ਰਿਫ੍ਰੈਕਟਿ ਸੋ ਤੁਸੀਂ ਪਹਿਲਾਂ ਪੜ ਚੁੱਕੇ ਹਾਂ ਰਿਫ੍ਰੈਕਟਿਵ ਇੰਡੈਕਸ ਕੀ ਚੀਜ਼ ਆ ਕ੍ਰਿਟੀਕਲ ਐਂਗਲ ਜਿਹੜਾ ਤੁਸੀਂ ਹੁਣੇ ਤੁਹਾਨੂੰ ਸਮਝਾਇਆ ਗਿਆ ਕ੍ਰਿਟੀਕਲ ਐਂਗਲ ਕੀ ਆ ਵੈਨ ਲਾਈਟ ਗੋਸ ਫਰਮ ਡenser ਟੂ ਰੈਰਰ ਮੀਡੀਅਮ ਦੈਨ ਅਕੋਰਡਿੰਗ ਟੂ ਸਨੈਲਜ਼ ਲਾ ਸਨੈਲਜ਼ ਲਾ ਅਕੋਰਡਿੰਗਲੀ ਕੀ ਹੁੰਦਾ sin i sin r ਇਨਸੀਡੈਂਟ ਐਂਗਲ ਡਿਵਾਈਡਡ ਬਾਈ ਰਿਫ੍ਰੈਕਟਿਵ ਐਂਗਲ ਇਜ਼ ਇਕੁਅਲ ਟੂ 2 n1 ਸਮ ਟਾਈਮ ਕਿਸੇ ਬੁక్స్ ਦੇ ਵਿੱਚ 2 μ1 ਲਿਖਿਆ ਹੁੰਦਾ ਠੀਕ ਹੈ ਰਿਫ੍ਰੈਕਟਿਵ ਇੰਡੈਕਸ എന്താ മതഫ്രക്ട ഇൻഡെക്സ് ਔਰ μ ਦਾ ਮਤਲਬ ਵੀ ਰਿਫ੍ਰੈਕਟਿਵ ਇੰਡੈਕਸ ਆ। ਅਗਰ ਤੁਹਾਨੂੰ ਐਨ ਦੇ ਨਾਲ ਕੰਫਰਟੇਬਲ ਲੱਗ ਰਿਹਾ ਤਾਂ ਐਨ ਦੇ ਨਾਲ ਕਰ ਲਓ ਅਗਰ μ ਦੇ ਨਾਲ ਲੱਗ ਰਿਹਾ μ ਨਾ ਕਰ ਲਓ। ਐਕਚੁਅਲੀ CBSE ਬੋਰਡ ਦੇ ਵਿੱਚ ਜ਼ਿਆਦਾਤਰ ਐਨ ਦੇ ਨਾਲ ਸੋਲਵ ਕੀਤਾ ਹੁੰਦਾ। ਪੰਜਾਬ ਬੋਰਡ ਦੇ ਵਿੱਚ ਜਦੋਂ ਵੀ ਕੁਐਸਚਨ ਆਉਂਦਾ ਤਾਂ ਉਹ μ ਦੇ ਨਾਲ ਕੀਤਾ ਹੁੰਦਾ। ਇਸ ਕਰਕੇ ਪੰਜਾਬ ਬੋਰਡ ਵਾਲੇ ਬੱਚੇ μ ਦੇ ਨਾਲ ਹੀ ਸੋਲਵ ਕਰੋ ਤਾਂ ਜ਼ਿਆਦਾ ਬੈਟਰ ਆ। ਕਿਉਂਕਿ ਬੱਚਿਆਂ ਨੂੰ ਆਦਤ ਪੈ ਜਾਂਦੀ ਆ। ਸੋ ਜੋ ਤੁਹਾਨੂੰ ਆਦਤ ਪੈ ਜਵੇ ਉਹੀ ਪੱਕ ਜਾਂਦੀ ਆ। ਇਸ ਕਰਕੇ ਤੁਸੀਂ μ ਦੇ ਨਾਲ ਲਿਖੋਗੇ ਤਾਂ ਜ਼ਿਆਦਾ ਬੈਟਰ ਰਹੇਗਾ। ਠੀਕ ਹੈ। ਸੋ ਅੱਗੇ ਦੇਖੋ ਥਿਸ ਇਜ਼ ਅ ਇਕੁਏਸ਼ਨ ਨੰਬਰ 1 ਸੋ ਸੋ ਨੈਕਸਟ ਕੀ ਆ ਅਸੀਂ ਕ੍ਰਿਟੀਕਲ ਐਂਗਲ ਦੇ ਵਿੱਚ ਕੀ ਪੜਿਆ ਸੀ ਐਂਗਲ ਆਫ ਇਨਸੀਡੈਂਸ ਇਕੁਅਲ ਟੂ ਕ੍ਰਿਟੀਕਲ ਐਂਗਲ ਮਤਲਬ ਕੀ आई ਜਿਹੜਾ ਆ ਉਹ ਸੀ ਦੇ इक्वल ਹੋ ਜਾਂਦਾ ਇਨਸੀਡੈਂਟ ਕ੍ਰਿਟੀਕਲ ਐਂਗਲ ਦੇ इक्वल ਹੋ ਜਾਂਦਾ ਉਸ ਟਾਈਮ ਤੁਹਾਡਾ ਆਰ ਕਿੰਨਾ ਹੋ ਜਾਂਦਾ 90 ਡਿਗਰੀ ਸੋ ਆਈ ਦੀ ਜਗ੍ਹਾ ਤੇ ਅਸੀਂ ਕੀ ਪੁੱਟ ਕੀਤਾ ਸੀ ਔਰ ਆਰ ਦੀ ਜਗ੍ਹਾ ਤੇ ਕੀ ਪੁੱਟ ਕੀਤਾ 90 sin 90 ਕੇ ਦੇਕੋਂਦਾ sin 90 1 ਸੋ ਸਾਡੇ ਕੋਲ ਇਸ ਪੋਜੀਸ਼ਨ ਦੇ ਵਿੱਚ ਕੀ ਆ ਗਿਆ sin c 1 2n1 ਅੱਛਾ ਸੀ 2n1 ਕਿਉਂ ਲਿਖਿਆ ਕਿਉਂਕਿ ਡੈਂਸਰ ਮੀਡੀਅਮ ਕੀ ਆ ਤੁਹਾਡਾ 2 ਔਰ ਰੇਅਰ ਮੀਡੀਅਮ ਕੀ ਆ 1 ਸੋ ਰੇ ਆਫ ਲਾਈਟ 2 ਤੋਂ 1 ਵਿੱਚ ਜਾ ਰਹੀ ਹੈ ਇਸ ਕਰਕੇ ਅਸੀਂ ਇਸ ਤਰੀਕੇ ਨਾਲ ਲਿਖਿਆ ਸੋ ਸਾਡੇ ਕੋਲ ਆ ਵਾਲੀ ਟਰਮ ਆ ਗਈ ਇਕੁਏਸ਼ਨ ਨੰਬਰ 2 ਨਾਉ ਫਰੋਮ ਇਕੁਏਸ਼ਨ ਨੰਬਰ 2 ਇਹਦੇ ਵਿੱਚ ਅਸੀਂ ਇੱਕ ਰਿਲੇਸ਼ਨ ਕਰ ਚੁੱਕੇ ਆ ਜਿਹੜਾ 2n1 which is equals to 1 divided by n 1 and ਤੁ ਇਹਦਾ ਮਤਲਬ ਜਦੋਂ ਅਸੀਂ ਇਹਨੂੰ ਰੈਸੀਪਰੋਕਲ ਦੇ ਵਿੱਚ ਲਿਖ ਦਾਂਗੇ ਤਾਂ ਅਸੀਂ ਲਿਖ ਸਕਦੇ ਹਾਂ ਪਹਿਲੇ మీడియం ਦੇ ਵਿੱਚੋਂ ਰੇ ਆਫ ਲਾਈਟ ਸੈਕਿੰਡ ਦੇ ਵਿੱਚ ਕਿਉਂਕਿ ਅਸੀਂ ਰੈਸੀਪਰੋਕਲ 1/ ਦੇ ਵਿੱਚ ਲਿਖ ਦਿੱਤੀ ਇਹਦਾ ਮਤਲਬ ਕਿ ਉਲਟਾ ਹੋ ਗਿਆ ਸੋ ਅਸੀਂ ਆਹ ਟਰਮ ਵੀ ਲਿਖ ਸਕਦੇ ਹਾਂ ਠੀਕ ਹੈ ਸੋ ਅਸੀਂ ਕੀ ਕੀਤਾ ਇਸ ਟਰਮ ਦੀ ਜਗ੍ਹਾ ਤੇ ਉਹਦਾ ਰੈਸੀਪਰੋਕਲ ਲਿਖ ਦਿੱਤਾ ਸੋ ਇਹਦਾ ਮਤਲਬ sin c ਦਾ ਆਨਸਰ ਕਿੰਨਾ ਆ ਗਿਆ 1 n 1n ਟੂ ਸੋ ਦਿਸ ਇਜ਼ ਦਾ ਫਾਈਨਲ ਆਨਸਰ ਸੋ ਇਸ ਟਾਪਿਕ ਦੇ ਵਿੱਚ ਅਗਰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਵੇ ਤਾਂ ਤੁਸੀਂ ਪੁੱਛ ਸਕਦੇ ਆ ਥੈਂਕ ਯੂ